ਕਿਸੇ ਵੀ ਮਾਪਿਓ ਵਾਸਤੇ ਸਭ ਤੋਂ ਕੀਮਤੀ ਸ਼ੈ ਆ ਉਹਦੀ ਔਲਾਦ ਹੁੰਦੀ ਮਾਪਿਓ ਔਲਾਦ ਨੂੰ ਦੁੱਖ ਚ ਨਹੀਂ ਦੇਖ ਸਕਦਾ ਪਰ ਇਹਦੇ باوجود ਵੀ ਇਹ ਪਿੰਡਾਂ ਜਦੋਂ ਜਵਾਕਾਂ ਨੂੰ ਟੀਕੇ ਲਾਣ ਆ ਲਈਆਂ ਜਾਂ ਪੋਲੀਓ ਦੇ ਕਤਰੇ ਪਲਾਣ ਆ ਲਈਆਂ ਟੀਮਾਂ ਆਂਦੀਆਂ ਅਸੀਂ ਉਹਨਾਂ ਨਾਲ ਵੀ ਲੋਚਕੜੂ ਉੱਚੀ ਕਰੀ ਰੱਖਦੇ ਆ ਕੋਈ ਉਹਨਾਂ ਨੂੰ ਕਹਿੰਦਾ ਜੀ ਆਬਾਦੀ ਘਟਾਉਂਦੇ ਫਿਰਦੇ ਕੋਈ ਕਹਿੰਦਾ ਜੀ ਜਵਾਕ ਸੁੱਤਾ ਪਿਆ ਤੇ ਆਖੇ ਕੱਲ ਨੂੰ ਆਇਓ ਘੰਟਾ ਘੰਟਾ ਬੂਹੇ ਤੇ ਖੜਾਈ ਰੱਖਣਾ ਕੋਈ ਕਹਿੰਦਾ ਜੀ ਪੱਠਿਆਂ ਦੇ ਟੱਕ ਚ ਪਿਓ ਨਾਲ ਗਿਆ ਲੱਭ ਲੋ ਜਾ ਕੇ ਇੱਕ ਸਾਥ ਤਾਂ ਜਮੀਓ ਖੀਰ ਹੋ ਗਿਆ ਕਿ ਸਾਥੋਂ ਤਾਂ ਫੜ ਨਹੀਂ ਹੁੰਦਾ ਤਾਂ ਸਾਥੋਂ ਫੜ ਹੁੰਦਾ ਫੜ ਲਓ ਉਹ ਕਮਾਦਾਂ ਚ ਵੜ ਗਿਆ ਤੇ ਉਹ ਕੋ ਪੋਲੀਓ ਵਾਲਾ ਇੱਥੇ ਖੜਾ ਕੋ ਇੱਥੇ ਖੜਾ ਤੇ ਉਹ ਜਿਵੇਂ ਸੈਯਰ ਦਾ ਸ਼ਿਕਾਰ ਖੇਡਦੇ ਆ ਯਾਰ ਅਸੀਂ ਕੀ ਕਰਦੇ ਕੋ ਪੋਲੀਓ ਦਾ ਮਰੀਜ਼ ਜਾ ਕੇ ਦੇਖੋ ਤੁਹਾਨੂੰ ਕੋ ਖੋਫੇ ਖੁਦਾ ਆਵੇ ਅਸੀਂ ਆਪਣੀ ਔਲਾਦ ਨਾਲ ਹੀ ਮਖਲਸ ਨਹੀਂ ਰਹੇ ਉੰਜ ਤਾਂ ਬੜੀ ਸ਼ਾਇਰੀਆਂ ਦੀ ਰੀਸਾਂ ਕਰਦੇ ਤੇ ਇੱਚ ਆ ਕੇ ਪਿੰਡਾਂ ਵਾਲੇ ਕਮਲੇ ਬਣ ਜਾਂਦੇ ਕਮਲੇ ਹੁੰਦੇ ਨਹੀਂ ਜਦੋਂ ਕਰਫਿਊ ਲੱਗਾ ਸੀ ਕੋਈ ਬੰਦਾ ਬਾਹਰ ਮੰਜੀ ਤੇ ਸੁੱਤਾ ਪਿਆ ਪੁਲਿਸ ਨੇ ਆ ਕੇ ਫੜ ਲਿਆ ਅਗਰ ਤੈਨੂੰ ਨਹੀਂ ਪਤਾ ਕਿ ਕਰਫਿਊ ਲੱਗਾ ਚੱਲ ਗੱਡੀ ਚ ਬੈ ਅਖੇ ਜੀ ਮੈਂ ਮੰਜੀ ਰੱਖਾਂ ਮੰਜੀ ਰੱਖਣ ਅੰਦਰ ਵੜਿਆ ਅੰਦਰੋਂ ਕੁੰਡਾ ਲਾ ਲਿਆ ਪੁਲਿਸ ਬੂਹਾ ਖੜਕਾਵੇ